ਥਨੌਰੀ ਬਾਰਡਰ ਦੇ ਉੱਪਰ ਕਿਸਾਨੀ ਅੰਦੋਲਨ ਦੇ ਵਿੱਚ 21 ਤਰੀਕ ਨੂੰ ਕਿਸਾਨਾਂ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਓ ਹੋ ਜਾਂਦਾ, ਇੱਕ ਕਿਸਾਨ ਪ੍ਰਿਤਪਾਲ ਸਿੰਘ ਜ਼ਖਮੀ ਹੋ ਜਾਂਦਾ, ਜਿਹੜਾ ਰੋਹਤਕ ਪੀਜੀ ਦੇ ਵਿੱਚ ਇਲਾਜ ਹੁੰਦਾ ਅਤੇ ਹੁਣ ਉਹ ਜਦੋਂ ਚੰਡੀਗੜ੍ਹ ਲਿਆਂਦਾ ਜਾਂਦਾ ਤਾਂ ਉਸ ਤੋਂ ਬਾਅਦ ਵਿਧਾਇਕ ਵਰਿੰਦਰ ਕੁਮਾਰ ਗੋਇਲ ਉਹਨਾਂ ਦੇ ਘਰ ਮਿਲਣ ਆਉਂਦੇ ਨੇ। ਇਸ ਵਕਤ ਅਸੀਂ ਪ੍ਰਿਤਪਾਲ ਦੇ ਘਰ ਬੈਠੇ ਹਾਂ, ਪਿੰਡ ਨਵਾਂ ਗਾਓਂ ਆ। ਗੱਲ ਕਰੀਏ ਤਾਂ ਉਹਨਾਂ ਦੇ ਮਾਸੀ ਜੀ ਮੌਜੂਦ ਨੇ। ਮਾਸੀ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਕਿਵੇਂ ਆ ਪ੍ਰਿਤਪਾਲ ਦੀ ਹਾਲਤ? ਹੁਣ ਕੁਛ ਫਰਕ ਪੈਣ ਡਿਆ ਆ। ਹੁਣ PGI ਜਦੋਂ ਦਾ ਆਇਆ ਆਪਣੇ ਚੰਡੀਗੜ੍ਹ, ਉਦੋਂ ਦਾ ਉਹ ਦੇਖਭਾਲ ਕਰਨ ਡਏ ਨੇ, ਉੱਥੇ ਕੋਈ ਦੇਖਭਾਲ ਨਹੀਂ ਹੋਈ ਰੋਹਤਕ। ਤੁਹਾਨੂੰ ਜਦੋਂ ਪਤਾ ਲੱਗਿਆ ਕਿ ਇਹ ਹਾਲਾਤ ਬਣ ਗਏ 21 ਤਰੀਕ ਨੂੰ, ਉਸ ਤੋਂ ਬਾਅਦ ਤੁਹਾਨੂੰ ਸੁਨੇਹਾ ਕਦੋਂ ਲੱਗਿਆ ਕਿ ਹਾਂ ਕਿਤੇ ਨਾ ਕਿਤੇ ਹਸਪੀਟਲ ਦੇ ਵਿੱਚ ਅਜਾ ਜ਼ਖਮੀ ਹੋਇਆ? ਬਸ ਉੱਥੇ ਹੋਰ ਸਨ ਕਿਸਾਨ, ਉਹਨਾਂ ਨੂੰ ਕੋਈ ਸਾਨੂੰ ਪਤਾ ਲੱਗਾ ਸੀ, ਬਸ ਐਵੇਂ ਇਹ ਸ਼ੁਕਰ ਹੈ ਜਿਹੜਾ ਸਾਨੂੰ ਪਤਾ ਲੱਗ ਗਿਆ। ਕੀ ਪਤਾ ਕਿੱਥੇ ਲੈ ਜਾਂਦੇ, ਸਾਨੂੰ ਪਤਾ ਹੀ ਨਾ ਲੱਗਦਾ। ਉਸ ਵੇਲੇ ਉੱਥੇ ਉਹਦੇ ਜੀ ਹੈਗੇ ਸਨ ਜਿਹੜੇ ਪਿੱਛੇ ਪਿੱਛੇ ਚਲੇ ਗਏ ਨੇ, ਧੱਕੇ ਨਾਲ ਬੈਠੇ ਨੇ ਉਹਨਾਂ ਦੇ ਨਾਲ ਵਿੱਚ ਐਂਬੂਲੈਂਸ 'ਚ। ਕਿੰਨੀਆਂ ਕੁ ਸੱਟਾਂ ਲੱਗੀਆਂ ਪ੍ਰਿਤਪਾਲ ਦੇ, ਕਿਉਂਕਿ ਹਾਲਾਤ ਉਦੋਂ ਕਾਫੀ ਬੇਕਾਬੂ ਹੋ ਗਏ ਸੀ? ਇੱਕ ਲੱਤ ਤੇ ਸਾਰੀ ਫਿੱਤੀ ਹੋਈ ਹੋਈ ਹੈ, ਬਾਂਹ ਤੇ ਵੀ ਲੱਗੀ, ਦੂਜੀ ਲੱਤ ਤੇ ਵੀ ਲਾਸਾਂ ਪਈਆਂ ਨੇ, ਜਬਾੜਾ ਸਾਰਾ ਅੰਦਰ ਨੂੰ ਹੋ ਗਿਆ, ਆਹ ਥਾਂ ਸਾਰੇ ਭੱਜ ਗਏ ਨੇ, ਸਿਰ ਵਿੱਚ ਵੀ ਟਾਂਕੇ ਲੱਗੇ ਨੇ, ਸਿਰ ਵਿੱਚ ਵੀ ਸੱਟਾਂ ਲੱਗੀਆਂ, ਆਹ ਥਾਂ ਤੇ ਵੀ ਸਾਰੇ ਸੱਟਾਂ ਲੱਗੀਆਂ। ਮਾਤਾ ਜੀ, ਕਦੋਂ ਪਹੁੰਚਿਆ ਸੀ ਉਹ ਪ੍ਰਿਤਪਾਲ, ਕਿਉਂਕਿ 13 ਤਰੀਕ ਨੂੰ ਉੱਥੇ ਜਿਹੜਾ ਅੰਦੋਲਨ ਸ਼ੁਰੂ ਹੋਇਆ ਉਦੋਂ ਤੁਸੀਂ ਉੱਥੇ ਸੀ ਜਾਂ ਬਾਅਦ 'ਚ ਗਿਆ ਸੀ? ਉੱਥੇ ਲੰਗਰ ਦੇਣ ਜਾਂਦਾ ਸੀ, ਲੰਗਰ ਦੇਣ ਗਿਆ ਸੀ ਉੱਥੇ, ਉਹਦੇ ਫਾਦਰ ਜੀ ਉੱਥੇ ਸਨ, ਇਹ ਲੰਗਰ ਦੇਣ ਵਾਸਤੇ ਗਿਆ ਸੀ ਉੱਥੇ, ਸੇਵਾ ਕਰਨ ਜਾਂਦਾ ਸੀ, ਪਰ ਸੇਵਾ ਕਰਨ ਜਾਂਦਾ ਸੀ, ਪ੍ਰਸ਼ਾਦਾ ਪਕਾ ਲੈ ਕੇ ਪਿੰਡ ਵਿੱਚੋਂ ਸਾਰੇ ਬੱਚੇ ਜਾਂਦੇ ਸਨ, ਲੰਗਰ ਲੈ ਕੇ ਗਿਆ ਸੀ। ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੇ ਹਾਲਾਤ ਪੈਦਾ ਹੋਏ ਉਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਲੰਗਰ ਦੇਣ ਜਾਂਦਾ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ, ਪਰ ਉੱਥੇ ਹਾਲਾਤ ਕਿੱਦਾਂ ਦੇ ਬਣ ਜਾਂਦੇ ਨੇ? ਬਸ ਕੋਈ ਪਤਾ ਹੀ ਨਹੀਂ ਲੱਗਾ ਕੀ ਇੰਨੇ ਵਾਹ ਉਹਨਾਂ, ਕੀ ਇੱਥੋਂ ਗੈਸ ਸੱਟਿਆ, ਕੀ 3 ਬੰਦੇ ਆਏ ਨੇ, ਇਹਨਾਂ ਆਖਿਆ ਵੀ ਇਹ ਬੰਦੇ ਨਹੀਂ ਸਹੀ ਲੱਗਦੇ, ਕੋਈ ਇੱਕਦਮ ਹੀ ਪਤਾ ਨਹੀਂ ਕੀ ਬਣਿਆ, ਕੋਈ ਸਮਝ ਹੀ ਨਹੀਂ ਆਈ ਉਹਨਾਂ ਨੂੰ। ਪਰ ਹੁਣ ਕਿਵੇਂ ਦੇਖਦੇ ਹੋ, ਕਿਉਂਕਿ ਪ੍ਰਿਤਪਾਲ ਤਾਂ ਲਗਾਤਾਰ ਮੰਗ ਕਰ ਰਿਹਾ ਸੀ ਕਿ ਮੈਨੂੰ ਰੋਹਤਕ ਤੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ, ਹੁਣ ਉਹ ਪੰਜਾਬ ਪਹੁੰਚਿਆ, ਕਿਤੇ ਨਾ ਕਿਤੇ ਮਨ ਨੂੰ ਭਰੋਸਾ ਹੈ ਕਿ ਠੀਕ ਹੈ ਆਪਣੇ ਸਟੇਟ ਦੇ ਵਿੱਚ ਆ ਹੁਣ? ਹਾਂ ਠੀਕ ਹੈ, ਹੁਣ ਤਾਂ ਚਲੋ ਠੀਕ ਹੈ, ਚਲੋ ਇਲਾਜ ਵੀ ਸਹੀ ਹੋਏਗਾ, ਆਪਣੇ ਪਰਿਵਾਰ 'ਚ ਆ ਗਿਆ, ਉੱਥੇ ਤਾਂ ਸਾਨੂੰ ਕੋਈ ਇਤਬਾਰ ਨਹੀਂ ਸੀ ਹੈਗਾ, ਨਾ ਸਾਨੂੰ ਕਿਤੇ ਮਿਲਣ ਦਿੰਦੇ ਸਨ ਉੱਥੇ ਕਿਸੇ ਨੂੰ ਵੀ। ਇੱਥੇ ਹੁਣ ਕੌਣ ਕੌਣ ਗਿਆ ਹੋਇਆ ਮਿਲਣ ਉਹਨੂੰ ਇਸ ਵਕਤ? ਹੁਣ ਉਹਦੇ ਮੰਮੀ ਨੇ, ਡੈਡੀ ਨੇ, ਹੋਰ ਵੀ ਰਿਸ਼ਤੇਦਾਰ ਨੇ ਸਾਡੇ ਉੱਥੇ। ਠੀਕ ਹੈ, ਚਲੋ ਕਿਤੇ ਨਾ ਕਿਤੇ ਅੱਖਾਂ ਅੱਗੇ ਦੇਖ ਕੇ ਭਰੋਸਾ ਤਾਂ ਹੁੰਦਾ ਕਿ ਠੀਕ ਹੈ ਨਹੀਂ। ਉੱਥੇ ਹੁਣ ਸਾਡੇ ਕੋਲ ਰਿਸ਼ਤੇਦਾਰੀ ਬੜੀ ਹੈ, ਸਾਰੇ ਉੱਥੇ ਪਹੁੰਚਣ ਡਏ ਨੇ, ਪਰ ਠੀਕ ਇਲਾਜ ਚੱਲਣ ਡਿਆ ਹੁਣ ਉੱਥੇ। ਬਿਲਕੁਲ, ਤਾਂ ਪਰਿਵਾਰ ਦੇ ਨਾਲ ਮਿਲਣ ਵਰਿੰਦਰ ਕੁਮਾਰ ਜੀ ਆਏ ਨੇ। ਗੋਇਲ ਸਾਹਿਬ, ਕਿਵੇਂ ਦੇਖਦੇ ਹੋ ਹਾਲਾਤ ਕਿਵੇਂ ਦੇ ਬਣੇ? ਤਾਂ ਹੁਣ ਚਲੋ ਫਿਲਹਾਲ ਅਗਰ ਆਪਾਂ ਗੱਲ ਕਰੀਏ ਤਾਂ ਰੋਹਤਕ ਤੋਂ ਪੰਜਾਬ ਦੇ ਵਿੱਚ ਤਾਂ ਪਹੁੰਚ ਗਏ ਪ੍ਰਿਤਪਾਲ। ਦੇਖੋ, ਇੰਨੀ ਮਾੜੀ ਗੱਲ ਹੋਈ ਹੈ ਇਹ ਵੀ ਮੈਂ ਸਮਝਦਾ ਤਾਂ ਸ਼ਬਦਾਂ 'ਚ ਵਰਣਨ ਨਹੀਂ ਕੀਤਾ ਜਾ ਸਕਦਾ। ਇੱਕ ਨੌਜਵਾਨ ਜਿਹੜਾ ਸੇਵਾ ਦੇ ਵਿੱਚ ਲੱਗਿਆ, ਪੰਜਾਬ ਦੀ ਇਹ ਖਾਸੀਅਤ ਹੈ ਕਿ ਲੰਗਰ ਦੀ ਸੇਵਾ ਜਿਹੜੀ ਪੰਜਾਬ ਦੇ ਵਿੱਚ ਕਿਤੇ ਨਹੀਂ ਹੁੰਦੀ। ਉਹ ਬੱਚਾ ਲੰਗਰ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ, ਉੱਥੇ ਲੰਗਰ ਵਰਤਾ ਰਿਹਾ ਸੀ, ਅਤੇ ਉਹਨੂੰ ਉੱਥੋਂ ਚੱਕ ਕੇ ਲੈ ਕੇ ਇਸ ਤਰ੍ਹਾਂ ਦਾ ਅਣਮਨੁੱਖੀ ਤਸ਼ੱਦਦ ਕੀਤਾ ਕਿ ਉਹਦੇ ਸਰੀਰ ਦਾ ਕੋਈ ਵੀ ਅੰਗ ਹੈ ਜਿਹੜਾ ਉਹ ਸਹੀ ਨਹੀਂ ਹੈ। ਪੂਰੀ ਲੱਤ 2-3 ਜਗ੍ਹਾ 'ਤੇ ਟੁੱਟੀ ਹੈ, ਜਵਾੜਾ ਹੈ ਉਹਦਾ ਉਹ ਟੁੱਟ ਗਿਆ ਹੈ, ਸਾਰਾ ਅੱਖਾਂ 'ਤੇ ਨੀਲ, ਇੱਧਰਲੀ ਲੱਤ 'ਤੇ ਵੀ, ਬਾਹਾਂ 'ਤੇ ਵੀ, ਸਰੀਰ ਦਾ ਕੋਈ ਅੰਗ ਨਹੀਂ ਉਹਨਾਂ ਨੇ ਕੁੱਟਣੋਂ ਛੱਡਿਆ। ਇਸ ਤਰ੍ਹਾਂ ਦਾ ਪਸ਼ੂ ਨੂੰ ਵੀ ਨਹੀਂ ਕੁੱਟਦੇ ਜਿਹੜੀ ਇਸ ਤਰ੍ਹਾਂ ਦਾ ਵਿਹਾਰ ਕੀਤਾ ਉਹਨਾਂ ਨੇ। ਸੋ ਇਹ ਬਹੁਤ ਵੱਡੀ ਨਾਇਨਸਾਫੀ ਕੀਤੀ ਹੈ, ਇਸ ਤਰ੍ਹਾਂ ਦਾ ਇੱਕ ਅਹਿਸਾਸ ਕਰਾਤਾ ਕਿ ਅਸੀਂ ਕਿਤੇ ਹੋਰ ਰਹਿ ਰਹੇ ਹਾਂ, ਹੈ ਹਿੰਦੁਸਤਾਨ ਦੇ ਵਸਨੀਕ ਹਾਂ,
ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ, ਦਿੱਲੀ ਜਾਣ ਦਾ ਹੱਕ ਹੈ। ਹੁਣ ਦਿੱਲੀ ਜੇ ਦੇਸ਼ ਦੇ ਵਿੱਚ ਅਸੀਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਨਹੀਂ ਜਾ ਸਕਦੇ ਤਾਂ ਅਸੀਂ ਕਿੱਥੇ ਜਾ ਕੇ ਆਪਦਾ ਰੋਣਾ ਦੁੱਖੜਾ ਰਹਾਂਗੇ। ਇੱਕ ਚੀਜ਼ ਕਿਵੇਂ ਦੇਖਦੇ ਹਾਂ, ਜਦੋਂ ਜ਼ਖਮੀ ਹੋਇਆ ਪ੍ਰਿਤਪਾਲ ਤਾਂ ਲਗਾਤਾਰ 2-3 ਦਿਨਾਂ ਤੋਂ ਉਹ ਇੱਕ ਗੁਹਾਰ ਲਗਾ ਰਿਹਾ ਸੀ ਕਿ ਮੈਨੂੰ ਪੰਜਾਬ ਦੇ ਵਿੱਚ ਪਹੁੰਚਾ ਦਿਉ, ਰੋਹਤਕ PGI ਮੇਰਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਸਹੀ ਗੱਲ ਹੈ, ਇਲਾਜ ਕਰਾਉਣ ਤਾਂ ਲੈ ਕੇ ਨਹੀਂ ਗਏ ਸੀ ਉਹ, ਜੇ ਉਹਨਾਂ ਨੇ ਇਲਾਜ ਕਰਾਉਣਾ ਹੁੰਦਾ ਤਾਂ ਉਸਨੂੰ ਮਾਰਦੀ ਕਿਉਂ? ਉਹ ਬਿਲਕੁਲ ਉਸਨੂੰ ਇੱਥੋਂ ਚੱਕ ਕੇ ਲੈ ਗਏ ਸੀ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਲਈ। ਪਰ ਜਦੋਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਿਆ, ਉਹਨਾਂ ਨੇ ਨਾਲ ਦੀ ਨਾਲ ਆਦੇਸ਼ ਕੀਤੇ ਨੇ, ਚੀਫ ਸੈਕਟਰੀ ਵੱਲੋਂ ਲੈਟਰ ਗਿਆ, ਉਸ ਲੈਟਰ 'ਤੇ ਕਾਰਵਾਈ ਹੁੰਦਿਆਂ ਨਾਲ ਦੀ ਨਾਲ ਉਹਨੂੰ ਸ਼ਿਫਟ ਕੀਤਾ। ਹੁਣ ਸ਼ਿਫਟ 'ਤੇ PGI ਦੇ ਵਿੱਚ ਸਾਰਾ ਪਰਿਵਾਰ ਲਵੇ ਹੈ, ਰਿਸ਼ਤੇਦਾਰ ਕੋਲੇ ਨੇ, ਪੂਰੀ ਤਰ੍ਹਾਂ ਉਸ ਦੀ ਦੇਖਭਾਲ ਹੋ ਰਹੀ ਹੈ। ਇਹ ਕਹਿ ਸਕਦਾ ਮੈਂ ਵੀ ਬੱਚਤ ਰਹਿ ਗਈ ਉਸ ਬੱਚੇ ਦੀ, ਇੱਥੇ ਸ਼ਿਫਟ ਹੋਣ ਦੇ ਨਾਲ ਪੂਰਾ ਇਲਾਜ ਹੋ ਜਾਏਗਾ। ਟਾਈਮ 'ਤੇ ਲੱਗ ਜਾਣਾ ਪਰ ਉਸਦਾ ਇਲਾਜ ਆ ਜਿਹੜਾ ਉਹ ਹਰ ਤਰੀਕੇ ਦੇ ਨਾਲ ਹੋਜੂਗਾ, ਬੱਚਾ ਬਚ ਗਿਆ, ਇਸ ਤਰ੍ਹਾਂ ਮੈਂ ਕਹਿ ਸਕਦਾ। ਅਤੇ ਪਰਿਵਾਰ ਵੀ ਇਸ ਗੱਲ ਨੂੰ ਸੰਤੁਸ਼ਟ ਹੈ ਕਿ ਪਰਿਵਾਰ ਦੇ ਸਾਹਮਣੇ ਬੱਚਾ ਆ ਗਿਆ, ਉੱਥੇ ਤਾਂ ਨਾ ਕੋਈ ਮਿਲਣ ਦਿੰਦਾ ਸੀ, ਪਹਿਲਾਂ ਤਾਂ ਜਾਣਾ ਹੀ ਔਖਾ ਸੀ ਰੋਹਤਕ, ਉੱਥੇ ਉਹਨਾਂ ਦੇ ਨੇੜੇ ਨਹੀਂ ਕੋਈ ਫਟਕਣ ਦਿੰਦਾ ਸੀ। ਸੋ ਹੁਣ ਉਸਦਾ ਇਲਾਜ ਆ ਜਿਹੜਾ ਸਹੀ ਮਾਇਨੇ ਦੇ ਵਿੱਚ ਹੋ ਜਾਏਗਾ। 21 ਤਰੀਕ ਨੂੰ ਹਾਲਾਤ ਕਾਫੀ ਨਾਜੁਕ ਹੋ ਗਏ ਸੀ, ਉੱਥੇ ਟਕਰਾਅ ਦੇ ਵਿੱਚ ਜਿੱਥੇ ਪ੍ਰਿਤਪਾਲ ਜ਼ਖਮੀ ਹੋਇਆ ਉੱਥੇ ਇੱਕ ਹੋਰ ਨੌਜਵਾਨ ਦੀ ਵੀ ਡੈਥ ਹੋ ਗਈ ਸੀ, ਸ਼ੁਭ ਕਰਨ ਦੀ, ਉਹ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਇਹ ਸਰਾਸਰ ਹਰਿਆਣਾ ਸਰਕਾਰ ਦਾ ਧੱਕਾ ਹੈ, ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਉਹਨਾਂ ਨੇ ਆਪਦੇ ਬਾਰਡਰ ਸੀਲ ਕੀਤੇ ਹੈ। ਕਿਸ ਲਈ ਕੀਤੇ ਨੇ? ਹਾਲਾਤ ਖਰਾਬ ਜੇ ਹੋਏ ਨੇ ਹਰਿਆਣਾ ਸਰਕਾਰ ਨੇ ਕੀਤੇ ਨੇ, ਦਿੱਲੀ ਦੀ ਸਰਕਾਰ ਨੇ, ਮੋਦੀ ਸਾਹਿਬ ਦੀ ਸਰਕਾਰ ਨੇ ਹਾਲਾਤ ਖਰਾਬ ਕੀਤੇ ਨੇ। ਸਾਡੇ ਵੱਲੋਂ ਤਾਂ ਕੁਛ ਵੀ ਨਹੀਂ ਸੀ ਪੰਜਾਬ ਦੇ ਲੋਕਾਂ ਵੱਲੋਂ, ਉਹ ਤਾਂ ਆਪਦਾ ਬੈਠੇ ਸੀ ਉੱਥੇ। ਸੋ ਉਹਨਾਂ ਨੇ ਹੀ ਹਾਲਤ ਖਰਾਬ ਕੀਤੇ ਸੀ, ਉਹੀ ਜਾਤੀਆਂ ਕਰਕੇ ਸਾਡੇ ਬੰਦੇ 'ਤੇ ਗੋਲੀ ਵੀ ਮਾਰੀ ਹੈ, ਉਸ ਨੌਜਵਾਨ ਸ਼ੁਭ ਕਰਨ ਉਹਦੀ ਡੈਥ ਹੋ ਗਈ ਹੈ। ਅਤੇ ਉਹ ਕਹੀ ਜਾਂਦੇ ਨੇ ਪਲਾਸਟਿਕ ਦੀ ਗੋਲੀ ਚਲਾਤੀ, ਹੋਰ ਚਲਾਤੀ, ਹੋਰ ਬਥੇਰੇ ਨੌਜਵਾਨ ਜ਼ਖਮੀ ਨੇ। ਟਰੈਕਟਰ ਇੱਧਰ ਆ ਗਏ ਭੰਨ 'ਤੇ, ਜਿਹੜੇ 10-7-8 ਲੱਖ ਦੇ ਟਰੈਕਟਰ ਨੇ ਉਹ ਜਮ੍ਹਾਂ ਫਨਾਹ ਕਰਤੇ। ਪਰ ਇਹ ਚੀਜ਼ ਦੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ MLA ਸਾਹਿਬ, ਕਿਉਂਕਿ ਪੰਜਾਬ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਇੱਦਾਂ ਦਾ ਐਕਸ਼ਨ ਕੀਤਾ ਗਿਆ। ਬਿਲਕੁਲ, ਉਸ ਗੱਲ ਦੀ ਕਾਰਵਾਈ ਦੀ ਗੱਲ ਚੱਲ ਰਹੀ ਹੈ, ਮੁੱਖ ਮੰਤਰੀ ਸਾਹਿਬ ਦੇ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਰਾ ਧਿਆਨ ਦੇ ਵਿੱਚ ਹੈ, ਅਤੇ ਉਹਨਾਂ ਨੇ ਵੀ ਇਹ ਮੰਗ ਰੱਖੀ ਹੈ, ਅਤੇ ਸਾਰੀ ਕਾਰਵਾਈ ਹੈ ਜਿਹੜੀ ਕਰਾਂਗੇ। ਲੋਕਾਂ ਨੂੰ ਦੇਖੋ, ਅਸੀਂ ਕਿਸਾਨੀ ਦੇ ਨਾਲ ਖੜ੍ਹੇ ਹਾਂ, ਕਿਸਾਨੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਕਿਸਾਨੀ 'ਤੇ ਸਾਰੀ ਇਕੋਨਮੀ ਡਿਪੈਂਡ ਕਰਦੀ ਹੈ। ਪਰ ਦੁੱਖ ਨਾਲ ਕਹਿਣਾ ਪੈਂਦਾ ਕਿ ਕੇਂਦਰ ਦੀ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ। ਪਹਿਲਾਂ ਜਦੋਂ ਪਿੱਛੇ ਐਜੀਟੇਸ਼ਨ ਹੋਇਆ ਉਸ ਸਮੇਂ ਕਿਹਾ ਗਿਆ ਤੁਹਾਡੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਅਸੀਂ ਇਸ ਲਈ 3 ਬਿੱਲ ਲੈ ਕੇ ਆਏ ਹਾਂ। ਹੁਣ ਕਿਸਾਨਾਂ ਦੀ ਆਮਦਨ ਜੇ ਦੁੱਗਣੀ ਕਰਨੀ ਹੈ, ਤੁਸੀਂ ਚੋਣਾਂ ਵੇਲੇ ਵਾਅਦਾ ਕੀਤਾ ਸੀ ਅਸੀਂ 15-15 ਲੱਖ ਖਾਤਿਆਂ 'ਚ ਪਾ ਦਾਂਗੇ, ਤੁਸੀਂ 15 ਲੱਖ ਖਾਤੇ 'ਚ ਪਾ ਦਿਓ, ਆਪੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਾਧਨ ਇਹ ਨੇ, ਜਿਹੜੀ ਕਿਸਾਨ ਮੰਗ ਰਹੇ ਨੇ ਹੁਣ ਕਿ ਸਾਡੀ MSP ਵਧਾਓ, ਇਸ ਦੇ ਨਾਲ ਦੁੱਗਣੀ ਹੋਏਗੀ। ਬੈਠ ਕੇ ਹੱਲ ਕਰਨਾ ਚਾਹੀਦਾ ਇਸ ਚੀਜ਼ ਦਾ। ਬਿਲਕੁਲ, ਬੈਠ ਕੇ ਦੇਖੋ, ਜਿਹੜੀਆਂ ਗੱਲਾਂ ਮੰਨੀਆਂ ਹੋਈਆਂ ਨੇ ਉਹ ਗੱਲਾਂ ਵੀ ਇਹ ਪੂਰੀਆਂ ਨਹੀਂ ਕਰ ਰਹੇ, ਬੈਠ ਕੇ ਹੱਲ ਹੀ ਹੱਲ ਤਾਂ ਇਹਨਾਂ ਦੇ ਸਾਰਾ ਅੰਦਰ ਹੈ। ਕਿਸਾਨੀ ਜਿਹਨੇ ਦੇਸ਼ ਦਾ ਢਿੱਡ ਭਰਤਾ, ਪੰਜਾਬ ਦੀ ਕਿਸਾਨੀ ਦੀ ਅੱਜ ਸਥਿਤੀ ਇਹ ਹੈ, ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਦੇ ਵਿੱਚ ਅਨਾਜ ਮੰਗਦਾ ਫਿਰਦਾ ਸੀ ਕਿ ਸਾਡੇ ਲੋਕਾਂ ਲਈ ਅਨਾਜ ਦੇ ਦਿਓ। ਪਰ ਪੰਜਾਬ ਦੇ ਬਹਾਦਰ ਕਿਸਾਨਾਂ ਨੇ, ਬਹਾਦਰ ਮਜ਼ਦੂਰਾਂ ਨੇ ਆਪਣਾ ਸਾਰਾ ਕੁਝ ਗਵਾ ਲਿਆ, ਸਾਡੇ ਪਾਣੀ ਨੀਚੇ ਚਲੇ ਗਏ, ਸਾਡੀ
ਪਾਣੀਆਂ ਦੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਖਤਮ ਹੋ ਗਈ। ਅੱਜ ਪੰਜਾਬ ਦਾ ਹਰ ਕਿਸਾਨ ਕਰਜ਼ਈ ਹੈ, ਸਾਰਾ ਕੁਛ ਗਵਾ ਕੇ ਪੂਰੇ ਦੇਸ਼ ਦਾ ਢਿੱਡ ਭਰਤਾ, ਅਨਾਜ ਵਾਧੂ ਕਰਤਾ ਅਤੇ ਅੱਜ ਸਾਡੇ 'ਤੇ ਹਰ ਤਰ੍ਹਾਂ ਦੀ ਜਾਤੀ ਕੀਤੀ ਜਾ ਰਹੀ ਹੈ। 3% RDF ਦੀ ਜਿਹੜਾ ਉਹ ਸਾਡਾ ਬੰਦ ਕਰਤਾ ਜਿਹਦੇ ਨਾਲ ਰੂਰਲ ਸੜਕਾਂ ਬਣਦੀਆਂ ਸੀ। ਪਰ ਜਿਹੜੇ ਇਹ ਮਾਹੌਲ ਬਣੇ ਨੇ ਜਿਵੇਂ 21 ਵਾਲਾ ਖਾਤਾ, ਇਹਦੇ ਵਿੱਚ ਤੁਸੀਂ ਹੁਣ ਵਿਸ਼ਵਾਸ ਦਵਾਉਂਦੇ ਕਿ ਹਾਂ ਜਿਹੜੇ ਹੈਗੀ ਆ, ਜਿਵੇਂ ਚਾਹੇ ਹਰਿਆਣਾ ਪੁਲਿਸ ਦੋਸ਼ੀ ਹੋਣ, ਜੋ ਵੀ ਹੋਣ, ਵੀ ਉਹਨਾਂ 'ਤੇ ਪੂਰੀ ਕਾਰਵਾਈ ਹੋਊ? ਬਿਲਕੁਲ, ਦੇਖੋ ਉਹਨਾਂ 'ਤੇ ਕਾਰਵਾਈ ਵੀ ਬਣਦੀ ਆ। ਅਤੇ ਬਾਕੀ ਮੈਂ ਇਹ ਵੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਕਿ ਪੰਜਾਬ ਦੀ ਕਿਸਾਨੀ ਜਿਹਨੇ ਦੇਸ਼ ਦਾ ਢਿੱਡ ਭਰਿਆ, ਉਸ ਦੇ ਨਾਲ ਐਡਾ ਧੱਕਾ ਨਾ ਕਰੋ। ਇਹਨਾਂ ਦਾ ਹੱਕ ਬਣਦਾ ਦਿਓ ਇਹਨਾਂ ਨੂੰ। ਅਤੇ ਜਿਹੜੀ ਕਿਸਾਨੀ ਅੱਜ ਪੂਰੀ ਪੰਜਾਬ ਦੀ ਕਰਜ਼ੇ ਦੇ ਵਿੱਚ ਹੈ, ਇਹਨਾਂ ਨੂੰ ਕਰਜ਼ੇ ਤੋਂ ਵੀ ਮੁਕਤੀ ਦਿਓ। ਅਤੇ ਇਸ ਤਰ੍ਹਾਂ ਦੇ ਅਣਮਨੁੱਖੀ ਵਿਹਾਰ ਨੇ ਜਿਹੜੇ, ਇਹਨੂੰ ਕੋਈ ਚੰਗਾ ਨਹੀਂ ਸਮਝਦਾ। ਪੂਰੇ ਦੇਸ਼ ਦੇ ਵਿੱਚ ਇਸ ਦੀ ਨਿੰਦਾ ਹੋ ਰਹੀ ਹੈ ਅਤੇ ਇਹਨਾਂ ਨੂੰ ਸੰਭਲਣਾ ਚਾਹੀਦਾ। ਨਸ਼ਾ, ਸੱਤਾ ਦੇ ਨਸ਼ੇ ਦੇ ਵਿੱਚ ਚੂਰ, ਮੈਂ ਸਮਝਦਾ ਡਿਕਟੇਟਰਸ਼ਿਪ ਜਿਹੜਾ ਰਵੱਈਆ, ਇਹਨੂੰ ਤਿਆਗਣਾ ਚਾਹੀਦਾ। ਡੈਮੋਕਰੇਸੀ ਹੈ, ਲੋਕਤੰਤਰ ਹੈ ਅਤੇ ਲੋਕਤੰਤਰ ਦੇ ਵਿੱਚ ਰਹਿ ਕੇ ਲੋਕਤੰਤਰੀ ਕਦਰੀ ਕਦਰਾਂ ਕੀਮਤਾਂ 'ਤੇ ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ। ਬਿਲਕੁਲ, ਜਿਹੜੇ ਵਿਧਾਇਕ ਵਰਿੰਦਰ ਗੋਇਲ ਜੀ ਨੇ ਉਹ ਪ੍ਰਿਤਪਾਲ ਦੇ ਘਰ ਪਹੁੰਚੇ ਨੇ ਅਤੇ ਇੱਕ ਭਰੋਸਾ ਦਵਾ ਰਹੇ ਨੇ ਪਰਿਵਾਰ ਨੂੰ ਕਿ ਜਿਹੜੇ ਵੀ ਇਸ ਮੁਹਿੰਮ ਦੇ ਵਿੱਚ ਜੋ ਉੱਥੇ ਟਕਰਾਅ ਹੋਇਆ ਦੋਸ਼ੀ ਨੇ, ਉਹਨਾਂ ਦੇ ਖਿਲਾਫ਼ ਹਰ ਇੱਕ ਤਰੀਕੇ ਦੀ ਕਾਰਵਾਈ ਆ ਉਹ ਵੀ ਕੀਤੀ ਜਾਊਗੀ। ਤੁਹਾਨੂੰ ਦੱਸ ਦਈਏ ਕਿ ਪ੍ਰਿਤਪਾਲ ਹੁਣ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਆ ਅਤੇ ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਹੈਗਾ ਉਹਦਾ ਇਲਾਜ ਕੀਤਾ ਜਾ ਰਿਹਾ। ਪਿੰਡ ਨਵਾਂ ਗਾਉਂ ਤੋਂ ਕੈਮਰਾ ਪਰਸਨ ਸਾਨੂੰ ਪ੍ਰੀਤ ਦੇ ਨਾਲ ਚਰਨਜੀਵ ਕੌਸ਼ਲ, ਨਿਊਜ਼ 18 ਪੰਜਾਬ।